stepping stones punjabi reader 4a 2020 اديਸ਼ਨ ਲੈਸਨ 6 ਵਿੱਚ ਤੁਹਾਨੂੰ ਜੀ ਆਇਆਂ ਨੂੰ ਅੱਜ ਦਾ ਪਾਠ ਦਿਨ ਦਾ ਰੁਟੀਨ ਜਾਂ ਕਾਰਵਾਈ ਦੇ ਬਾਰੇ ਚ ਹੋਏਗਾ ਲੈਸਨ ਨੰਬਰ 6 ਅਸੀਂ ਇਸ ਪਾਠ ਦੇ ਵਿੱਚ ਬਹੁਤ ਸਾਰੇ ਸ਼ਬਦ ਸਿੱਖਾਂਗੇ ਜਿਹੜੇ ਯੂਜ਼ अबाउट ਟੈਲਿੰਗ ਟਾਈਮ ਜਿਵੇਂ ਤੁਸੀਂ ਇੰਗਲਿਸ਼ ਵਿੱਚ ਕਹਿੰਦੇ ਹੋ ਇਟਸ 1:00 ਇਟਸ 1:30 ਇਟਸ 1/4 ਟੂ 10 ਇਸ ਤਰ੍ਹਾਂ ਹੀ ਪੰਜਾਬੀ ਦੇ ਵਿੱਚ ਵੀ ਸ਼ਬਦ ਸਾਰੇ ਹੈਗੇ ਨੇ ਠੀਕ ਹੈ ਤੇ ਅਸੀਂ ਅੱਜ ਨਵਾਂ ਸ਼ਬਦ ਸਿੱਖਾਂਗੇ ਦਿਨ ਵਿੱਚ ਅਸੀਂ ਬਹੁਤ ਕੰਮ ਕਰਦੇ ਹਾਂ ਕਈ ਕੰਮਾਂ ਲਈ ਸੌਰੀ ਸਾਡਾ ਪੱਕਾ ਸਮਾਂ ਹੁੰਦਾ ਹੈ ਜਿਵੇਂ ਅਸੀਂ ਪੱਕੇ ਸਮੇਂ ਤੇ ਸਕੂਲ ਜਾਂਦੇ ਹਾਂ ਕਕੇ ਸਮੇਂ ਤੇ ਘਰ ਵਾਪਸ ਆਉਂਦੇ ਹਾਂ ਬਹੁਤ ਬੱਚੇ ਸਵੇਰੇ 7 ਵਜੇ ਉੱਠਦੇ ਹਨ ਉੱਠ ਕੇ ਬੁਰਸ਼ ਕਰਦੇ ਹਨ ਨਹਾਉਂਦੇ ਹਨ ਤਿਆਰ ਹੁੰਦੇ ਹਨ ਪਾਠ ਕਰਦੇ ਹਨ ਨਾਸ਼ਤਾ ਕਰਦੇ ਹਨ ਫਿਰ ਬਸਤਾ ਲੈ ਕੇ ਸਕੂਲ ਜਾਂਦੇ ਹਨ ਬਹੁਤ ਸਕੂਲ ਸਵੇਰੇ 8 ਜਾਂ 8:30 ਵਜੇ ਸ਼ੁਰੂ ਹੁੰਦੇ ਹਨ 2 ਘੰਟੇ ਦੀ ਕਲਾਸ ਤੋਂ ਬਾਅਦ ਅੱਧੀ ਛੁੱਟੀ ਹੁੰਦੀ ਹੈ ਅੱਧੀ ਛੁੱਟੀ ਵਿੱਚ ਕਈ ਬੱਚੇ ਸਨੈਕ ਖਾਂਦੇ ਹਨ ਫਿਰ ਡੇਢ ਘੰਟੇ ਦੀ ਕਲਾਸ ਲੱਗਦੀ ਹੈ 12 ਵਜੇ ਜਾਂ 12:30 ਵਜੇ ਲੰਚ ਟਾਈਮ ਹੁੰਦਾ ਹੈ ਲੰਚ ਤੋਂ ਬਾਅਦ ਫਿਰ 2 ਘੰਟੇ ਦੀ ਕਲਾਸ ਲੱਗਦੀ ਹੈ ਫਿਰ 2:30 ਜਾਂ 3 ਵਜੇ ਪੂਰੀ ਛੁੱਟੀ ਹੋ ਜਾਂਦੀ ਹੈ ਬੱਚੇ ਪੌਣੇ 3 ਜਾਂ 3 ਵਜੇ ਘਰ ਆ ਜਾਂਦੇ ਹਨ ਕਰ ਆ ਕੇ ਅੱਧਾ ਘੰਟਾ ਆਰਾਮ ਕਰਦੇ ਹਨ ਘਰ ਦਾ ਕੰਮ ਕਰਦੇ ਹਨ ਫਿਰ ਬਾਹਰ پارک ਜਾ ਕੇ ਖੇਡਦੇ ਹਨ ਸ਼ਾਮ ਨੂੰ 5:30 ਜਾਂ 6 ਵਜੇ ਰਹਿਰਾਜ ਸਾਹਿਬ ਦਾ ਪਾਠ ਕਰਦੇ ਹਨ 7:00 ਵਜੇ ਰਾਤ ਦਾ ਖਾਣਾ ਖਾਂਦੇ ਹਨ 10-15 ਮਿੰਟ ਲਈ ਪੰਜਾਬੀ ਪੜ੍ਹਦੇ ਹਨ ਦੋ ਲਾਈਨਾਂ ਜਪਜੀ ਸਾਹਿਬ ਦੀਆਂ ਯਾਦ ਕਰਦੇ ਹਨ ਫਿਰ ਪਜਾਮਾ ਪਾ ਲੈਂਦੇ ਹਨ ਬੁਰਸ਼ ਕਰਦੇ ਹਨ ਕੋਈ ਕਹਾਣੀ ਜਾਂ ਕਿਤਾਬ ਪੜ੍ਹਦੇ ਹਨ ਰਾਤ ਨੂੰ 8:30 ਜਾਂ 9 ਵਜੇ ਤੱਕ ਸੌਂ ਜਾਂਦੇ ਹਨ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਇਹ ਹੀ ਰੁਟੀਨ ਚੱਲਦਾ ਹੈ ਇਸ ਐਸੇ ਦੇ ਵਿੱਚ 226 words. See, okay? And if you're reading 40 to 50 words per minute, this essay should not take you more than five or six minutes to read. Make sure you start a timer and then read this essay later on. See how many minutes you took. You just read about the daily schedule of children your age. Did you notice that we used many time words in here? Now let's learn some of those time words. Time this now. ਟਾਈਮ ਜਾਂ ਸਮਾਂ ਦੱਸਣ ਲਈ ਅਸੀਂ ਸਪੈਸ਼ਲ ਸ਼ਬਦ ਵਰਤਦੇ ਹਾਂ ਵੀ ਯੂਜ਼ਡ ਪੂਰੇ ਵਜੇ ਵੱਜ ਕੇ ਸਾਢੇ ਪੌਣੇ ਟਾਈ ਵਾਟ ਡੂ ਥੀਸ ਵਰਡਸ ਮੀਨ ਲੈਟਸ ਲਰਨ ਸੋ ਥਿਸ ਇਜ਼ 8 ਵਜੇ ਹਰ ਆਵਰ ਪੂਰੇ 8 ਵਜੇ 6:57 ਅਬਾਊਟ 7:00 ਰਾਈਟ ਇਸ ਟੀਡੀਅਸ ਟੂ ਸੇ 6 ਵਜ ਕੇ 57 ਮਿੰਟ ਹੋਏ ਨੇ ਵੀ ਜਿਸੇ 7 ਵਜਣ ਵਾਲੇ ਨੇ 7 ਕੂ ਵਜੇ ਜਾਂ 7 ਵਜਣ ਵਾਲੇ ਨੇ 8:30 ਹਾਫ ਪਾਸਟ 8 অর 8:30 8:30 ਵਜੇ ਹਨ 2:30 ਹਾਫ ਪਾਸਟ 2 অর 2:30 2:30 ਵਜੇ ਹਨ ਸੋ ਨੋ ਥਿਸ ਇਜ਼ ਅ ਸਪੈਸ਼ਲ ਵਰਡ ਟਾਈ ਵੀ ਡੋਨਟ ਸੇ 2:30 ਵੀ ਸੇ ਟਾਈ 2:45 we say quarter to three. 9:30 ਵਜੇ ਹਨ ਜਾਂ ਵੀ ਕੈਨ ਸੇ 2:45 ਹੋਏ ਹਨ ਸੋ ਇਦਰ ਵੇ ਇਸ ਕਰੈਕਟ ਸੋ ਥੀਸ ਆਰ ਸੋ ਮਨੀ ਡਿਫਰੈਂਟ ਵੇਸ ਆਫ ਟੈਲਿੰਗ ਟਾਈਮ ਨਾਓ ਲੈਟਸ ਲਰਨ ਸਮ ਮੋਰ ਸੋ ਇ 1 ਇਕ ਰਾਈਟ ਨੰਬਰ 1 ਤੇ ਇਹ 3 1:00 3:00 ਜਦ 1 ਘੰਟਾ ਪੂਰਾ ਹੁੰਦਾ ਹੈ ਤਾਂ ਅਸੀਂ ਕਹਿੰਦੇ ਹਾਂ 1:00 ਹੈ ਜਾਂ 2 ਵਜੇ ਹਨ ਜਾਂ 3 ਵਜੇ ਹਨ ਜਾਂ 4 ਵਜੇ ਹਨ 1 ਇਸ ਸਿੰਗੂਲਰ ਐਂਡ 2 3 ਐਂਡ ਮੋਰ ਇਸ ਪਲੂਰਲ ਠੀਕ ਹੈ ਸੋ ਐ 3 ਵਜੇ ਹਨ ਹਾਫ ਪਾਸ 3 ਐਂਡ ਹਾਫ ਪਾਸ 7 ਜਦ ਅੱਧਾ ਘੰਟਾ ਲੰਘ ਜਾਂਦਾ ਹੈ ਤਾਂ ਅਸੀਂ ਸਪੈਸ਼ਲ ਸ਼ਬਦ ਵਰਤਦੇ ਹਾਂ 3 ਤੋਂ ਲੈ ਕੇ 12 ਨੰਬਰ ਤੱਕ ਅਸੀਂ ਸਾਢੇ ਸ਼ਬਦ ਵਰਤਦੇ ਹਾਂ ਨੋਟਿਸ ਥੈਟ ਫਾਰ 1 অর 2 ਵੀ ਡੂ ਨਾਟ ਸੇ ਸਾਢੇ ਵੀ ਡੋਨਟ ਸੇ ਸਾਢੇ 1 ਵੀ ਡੋਨਟ ਸੇ ਸਾਢੇ 2 ਠੀਕ ਹੈ ਉਹ ਡਿਫਰੈਂਟ ਵਰਡਸ ਆਗੇ ਸੋ ਅਸੀਂ ਕਹਾਂਗੇ ਸਾਢੇ 3 ਵਜੇ ਹਨ ਸਾਢੇ 7 ਵਜੇ ਹਨ ਨਾ ਫਿਸ 1:30 ਵਟ ਡੂ ਵੀ ਸੇ ਹਾਫ ਪਾਸਟ 1 অর 1:30 ਪਰ 1 ਤੇ 2 ਲਈ ਅਸੀਂ ਵੱਖਰੇ ਸ਼ਬਦ ਵਰਤਦੇ ਹਾਂ ਜਦ 1 ਵਜ ਕੇ 30 ਮਿੰਟ ਹੁੰਦੇ ਹਨ ਤਾਂ ਅਸੀਂ ਕਹਿੰਦੇ ਹਾਂ ਡੇਡ ਵਜਿਆ ਹੈ ਡੇਡ ਠੀਕ ਹੈ ਜਦੋਂ 2:30 ਮਿੰਟ ਹੁੰਦੇ ਨੇ 2:30 ਹੁੰਦਾ ਤਾਂ ਅਸੀਂ ਕਹਿੰਦੇ ਆ ਢਾਈ ਵਜੇ ਹਨ ਢਾਈ ਵਜੇ ਹਨ ਠੀਕ ਹੈ ਸੋ ਡੈਡ ਐਂਡ ਢਾਈ ਆਰ ਸਟੈਂਡ ਅਲੋਨ ਵਰਡਸ ਓਕੇ ਆਲ ਅਦਰ ਨੰਬਰਸ ਵੀ ਵਿਲ ਸੇ ਸਾਢੇ ਠੀਕ ਹੈ ਸਾਢੇ 3 ਸਾਢੇ 4 ਸਾਢੇ 5 ਬਟ 1 ਐਂਡ 2 ਆਰ ਸਪੈਸ਼ਲ ਵਰਡਸ ਵੈਨ ਇਟਸ 2:59 ਜਸਟ ਲਾਈਕ ਇਟ ਵਾਸ 2:6:57 ਅਪ ਟਿਲ ਵੀ ਸੇ Almost Vajanwali. So almost three o'clock. ta In this case it is Tin Vajanwali. So it's not a hard lesson. It's an easy lesson. Once you say try to say these times, it will happen to you. Monday homework. Start a timer. Read page 22. This one. How many minutes did you take? then on, on um, monday also because it's going to take you only five minutes you're going to write the name the the, uh, the time words for each one of them in english and then in punjabi ticket okay? so here so we will say one o'clock half past seven 11 o'clock 10 30 5 o'clock and then you write punjabi Okay. 1 ਵਜਿਆ ਹੈ ਸਾਢੇ 7 ਵਜੇ ਹਨ 11 ਵਜੇ ਹਨ ਸਾਢੇ 10 ਵਜੇ ਹਨ ਸਾਢੇ 12 ਵਜੇ ਹਨ 5 ਵਜੇ ਹਨ ਠੀਕ ਹੈ ਨਾ ਹੇਅਰ ਯੂ ਰਾਈਟ ਯੂਰ ਰੂਟੀਨ ਵੈਨ ਡੂ ਯੂ ਵੇਕ ਅਪ ਮੈਂ ਸਵੇਰੇ 7 ਵਜੇ ਉੱਠਦਾ ਹਾਂ ਜਾਂ ਉੱਠਦੀ ਹਾਂ 5 ਵਜੇ ਉੱਠਦਾ ਹਾਂ ਜਾਂ ਉੱਠਦੀ ਹਾਂ ਐਂਡ THEN ਹੇਅਰ ਯੂ ਰਾਈਟ ਦ ਟਾਈਮ 7 :00 ਵਟ ਏਵਰ ਟਾਈਮ ਯੂ ਵੇਕ ਅਪ ਐਂਡ ਮੈਂ ਸਾਢੇ 7 ਵਜੇ ਤਿਆਰ ਹੋ ਜਾਂਦਾ ਹਾਂ ਜਾਂ ਜਾਂਦੀ ਹਾਂ ਠੀਕ ਹੈ ਸੋ ਮੇਰਾ ਸਕੂਲ ਕਿੰਨੇ ਵਜੇ ਸ਼ੁਰੂ ਹੁੰਦਾ ਹੈ ਮੇਰੇ ਸਕੂਲ ਵਿੱਚ ਕਿੰਨੇ ਵਜੇ ਰੀਸੈਸ ਹੁੰਦੀ ਹੈ ਮੇਰੇ ਸਕੂਲ ਵਿੱਚ ਕਿੰਨੇ ਵਜੇ ਛੁੱਟੀ ਹੋ ਜਾਂਦੀ ਹੈ ਠੀਕ ਹੈ ਸੋ ਦਾਸ਼ਰਡੇਸ ਹੋਮਵਰਕ ਐਂਡ ਯੂ ਰਾਈਟ ਵਟ ਏਵਰ ਟਾਈਮ ਯੂ ਵਾਂਟ ਟੂ ਰਾਈਟ ਥਰਸਡੇ ਹੋਮਵਰਕ ਯੂ ਰਾਈਟ ਟਾਈਮ ਹਿਅਰ ਅੰਡਰ ਦ ਕਲਾਕਸ ਸੋ ਥਿਸ ਇਜ਼ 9 ਵਜੇ ਹਨ What time is this? Is 10.59. What comes after 10? 11. Right? This one is very good. This one is special name. And this one is 8.59 means So this was our lesson today about telling time. I hope this was not too hard for you. Read it. One time, two times, as many times as you need to, and then once you are ready um, to know all these words, you would have learned the telling time in Punjabi. Okay? Thank you for working with me, and I will see you next time. gurji ka khalsa, gurji ki Fateh.